वालेकुम अस्सलाम। किसके साथ आई? मैं तो आप उर्दू से आई बच्चे देख के। नहीं ऐसा नहीं, ਤੁਹਾਡਾ ਮੂੰਹ ਐਨ ਜੀ ਜਿਵੇਂ ਛੋਟੀ ਏ ਬੀ ਸੀ ਖਿੱਚ ਕੇ ਵੱਡੀ ਕੀਤੀ ਹੁੰਦੀ। ਐਡਾ ਲੰਬਾ ਫਰੋਕ ਪਾ ਲਿਆ, ਮੈਨੂੰ ਤਾਂ ਲੱਗਦਾ ਕਿਤੇ ਮੈਂ ਅੜਕੀ ਨਾ ਡਿੱਗ ਜਾਵਾਂ। ਹਾਏ ਰੱਬਾ, ਤੂੰ ਹੁਣੀ ਆਉਣਾ ਸੀ, ਮੇਰਾ ਫਰੇਮ ਖਰਾਬ ਕਰਤਾ। ਜਾ ਜਾ, ਕੁਛ ਨਹੀਂ ਹੁੰਦਾ, ਤੇ ਰੁਕ ਗਿਆ। ਤੁਹਾਡਾ ਮੂੰਹ ਐਨ ਜੇ ਜਿਵੇਂ ਕਾਰ ਦੇ ਵਿੱਚ ਸਫੇਦੀ ਕੀਤੀ ਹੁੰਦੀ ਹੈ। ਤੁਹਾਡਾ ਮੂੰਹ ਵੀ ਐਨ ਜਾ ਕੋਕ ਦੀ ਬੋਤਲ 'ਚ ਰਸ ਪਿਓ ਪਿਓ ਖਾਧੇ ਹੁੰਦੇ। ਅੱਛਾ, ਸੋਚੋ ਸਹੀ ਸਵਾਲ ਦਾ ਜਵਾਬ ਦਿਓ ਕਿ ਚੌਰਸ ਫੁੱਟਬਾਲ ਹੁੰਦਾ। मुझे नहीं आता, 100 ग्राम दे जिन्नू। अस्सलाम वालेकुम नाज़रीन, मैं थोड़ी मेज़बान अबीरा खान, फन टाइम विद अबीरा खान प्रोग्राम से जी आया नू। नाज़रीन, आज मैं फिर लिंक रोड अमाना मॉल विच आई हाँ। इतने मैं सवाल करांगी, इतने लोगों ना थोड़ी बहुत गलबात भी कर दे। चलो चल दे लोगों वाल। की करना है तुस मॉल च? ਅਸੀਂ ਵੇਲੀਆਂ ਮਾਰਨ। ਵੇਲੀਆਂ ਮਾਰਨ? ਕਿਦੋਂ ਕਿਦੋਂ ਵੇਲੀਆਂ ਮਾਰਦੇ ਹੋ ਤੁਸੀਂ? ਜਦੋਂ ਜਦੋਂ ਫਾਰਗ ਹੁੰਦੇ ਆ। ਅੱਛਾ, ਵੈਸੇ ਤੁਸੀਂ ਪੜ੍ਹਦੇ ਹੋ? ਹਾਂਜੀ, ਮੈਂ ਪੜ੍ਹਦਾ ਹਾਂ। ਕਿਹੜੀ ਕਲਾਸ 'ਚ? ਮੈਂ ਫਸਟ ਈਅਰ ਮੈਂ। ਫਸਟ ਈਅਰ 'ਚ? ਅੱਛਾ, ਕਿੰਨੀਆਂ ਤੁਸੀਂ ਸਹੇਲੀਆਂ ਬਣਾਈਆਂ ਆਪਣੇ ਕਾਲਜ ਵਿੱਚ? ਅਸਤਗਫਿਰੁੱਲਾ, ਸ਼ਰੀਫ ਬੱਚਾ ਹਾਂ ਮੈਂ। ਕਿਸ ਨਜ਼ਰ ਨਾਲ ਤੁਸੀਂ ਵੇਖਦੇ ਆ? ਮੈਂ ਭੈਣੋਂ ਕੀ ਨਜ਼ਰ ਦੇਖ ਹੈ ਨਾ, ਮੈਂ ਹੀ ਜਾਣਨਾ ਚਾਹੁੰਦੀ ਸੀ। ਚੰਗੀ ਗੱਲ ਆ, ਵੇਖਣੀ ਚਾਹੀਦੀ। ਹੁਣ ਤੁਸੀਂ ਇਸ ਵਾਸਤੇ ਕਹਿ ਰਹੇ ਕਿਉਂਕਿ ਤੁਹਾਡੇ ਅੰਮੀ ਅੱਬੂ ਨਾਲ ਆਏ ਨੇ, ਹੈ ਨਾ? ਸਹੀ ਆ, ਜਵਾਬ ਬਦਲਿਆ। ਹਾਂਜੀ ਹਾਂਜੀ ਬਿਲਕੁਲ। ਅੱਜ ਚਲੋ ਮੈਨੂੰ ਸਵਾਲ ਦਾ ਜਵਾਬ ਦਿਓ। ਦੁਨੀਆ ਦੇ ਵਿੱਚੋਂ ਕਿਹੜੀ ਔਰਤ ਆ ਜਿਹਨੂੰ ਪਤਾ ਹੁੰਦਾ ਵਾ ਕਿ ਉਹਦਾ ਬੰਦਾ ਕਿੱਥੇ ਆ? ਬੀਵੀ? ਉਹ ਤਾਂ ਪਤਾ ਵਾ, ਬੀਵੀ ਹੋਏਗੀ ਔਰ ਤੇਰਾ ਬੰਦਾ ਹੋਏਗਾ ਨਾ? ਪਤਾ ਨਹੀਂ। ਤੁਹਾਡੀ ਅੰਮੀ ਨੂੰ ਪਤਾ ਹੁੰਦਾ ਕਿ ਤੁਹਾਡੇ ਪਾਪਾ ਕਿੱਥੇ ਗਏ? ਹਾਂਜੀ ਪਤਾ। ਮੈਂ ਕਹਿੰਜ ਮੰਨ ਲਓ, ਝੂਠ ਬੋਲ ਕੇ ਵੀ ਤਾਂ ਜਾ ਸਕਦੇ ਆ। ਪਤਾ ਨਹੀਂ ਕੀ ਸੀਨ ਹੈ। ਨਹੀਂ ਪਤਾ ਜਵਾਬ? ਨਹੀਂ। ਕੋ ਮੈਂ ਹਾਰ ਗਿਆ। ਹਾਰ ਗਿਆ। ਇੱਕ ਹੋਰ ਸਵਾਲ, ਉਹ ਕਿਹੜੀ ਸ਼ੈ ਵਾ ਅਸੀਂ ਪਾਣੀ ਵਿੱਚ ਜਾ ਕੇ ਖਾ ਸਕਦੇ ਆ? ਅਸੀਂ ਪਾਣੀ ਵਿੱਚ ਜਾ ਕੇ ਖਾ ਸਕਦੇ ਆ? ਪਾਣੀ? ਪਾਣੀ ਕੌਣ ਖਾਂਦਾ ਵਾ? ਮੱਛੀ? ਤੁਹਾਡੇ ਘਰ ਲੱਕੜ ਦਾ ਪਾਣੀ ਆਉਂਦਾ? ਆਹੋ। ਨਹੀਂ, ਲੱਕੜਾ ਦਾ ਪਾਣੀ ਆਉਂਦਾ। ਇਹ ਨਹੀਂ ਜਵਾਬ। ਕਿਹੜੀ ਸ਼ੈ ਵਾ? ਪਤਾ ਨਹੀਂ। ਉਹ ਮੈਂ ਫੇਰ ਹਾਰ ਗਿਆ। ਫੇਰ ਹਾਰ ਗਿਆ। ਕਲਾਸ ਵਿੱਚ ਵੀ ਕੁੜੀਆਂ ਉੱਤੇ ਹਾਰੇ ਹੋਣੇ ਫਿਰ, ਹੈ ਨਾ? ਨਹੀਂ, ਹਮਾਰਾ ਕਾਲਜ ਕੋ ਨਹੀਂ ਹੈ। ਅੱਛਾ, ਮੁੰਡੇ ਹੀ ਆ, ਫਿਰ ਤਾਂ ਜ਼ਿੰਦਗੀ ਬਰਬਾਦ ਹੀ ਆ। ਜ਼ਿੰਦਗੀ ਬਰਬਾਦ ਆ ਉਹ। ਚਲੋ ਵਧੀਆ ਹੋ ਗਿਆ। ਕੀ ਕਰ ਰਹੇ ਤੁਸੀਂ ਮਾਲ 'ਚ? ਮੈਂ ਇੱਥੇ ਫਿਰਨ ਆਇਆ ਸੀ ਤੇਰਾ। ਕਿਹਦੇ ਨਾਲ? ਬੱਚਿਆਂ ਦੇ ਨਾਲ। ਸ਼ਾਪਿੰਗ ਨਹੀਂ ਕਰਨਾ, ਸਿਰਫ ਫਿਰਨ ਆਇਆ ਸੀ। ਨਹੀਂ, ਉਹ ਪੈਸੇ ਖਤਮ ਹੋ ਗਏ ਤੇ ਮੈਂ ਕਿਹਾ ਚਲੋ ਵੈਸੇ ਫਿਰ ਲਈਏ ਤੇਰਾ। ਪਹਿਲੇ ਬੰਦੇ ਨੇ ਸੱਚ ਬੋਲਿਆ ਕਿ ਪੈਸੇ ਮੁੱਕ ਗਏ ਸੀ। ਪੈਸੇ ਹੈ ਨੇ, ਮੈਂ ਕਿਹਾ ਤੇਰਾ ਖਰਚੇ ਨਾ, ਮਹਿੰਗਾ ਬਹੁਤ ਹੈ। ਅੱਛਾ, ਚਲੋ ਤੁਹਾਡਾ ਵਿਆਹ ਹੋਇਆ ਵਾ? ਹਾਂਜੀ, ਅਲਹਮਦੁਲਿਲਾ। ਬੁੱਢੀ ਨਾਲ ਆਈ ਆ? ਨਹੀਂ, ਉਹਨੂੰ ਨਾਲੇ ਲੈ ਗਿਆ, ਉਹ ਫਿਰ ਤੰਗ ਕਰਦੀ, ਖਰਚਾ ਜ਼ਿਆਦਾ ਕਰਵਾਉਂਦੀ। ਤੁਸੀਂ ਇਕੱਲੇ ਮਾਲ ਦੇ ਵਿੱਚ ਆਉਂਦੇ ਅਤੇ ਇੱਧਰ ਉੱਧਰ ਛਾਤੀ ਮਾਰਦੇ ਬੁੱਢੀਆਂ? ਪਈਏ ਤਾਂ ਕੁਛ ਕਹਿੰਦੇ ਸਾਥੇ, ਜਾਣ ਕੇ ਨਹੀਂ ਮਾਰਦੇ। ਮੈਨੂੰ ਲੱਗਦਾ ਕਿ ਤੁਹਾਡੀ ਐਸੀ ਛਾਤੀ ਪਈ ਆ ਬਾਅਦ 'ਚ ਫਿਰ ਆਹ ਬੁੱਢੀ ਨੇ ਹਾਲ ਕੀਤਾ। ਚਲੋ ਇੱਕ ਸਵਾਲ ਦਾ ਜਵਾਬ ਦਿਓ, ਉਹ ਦੁਨੀਆ ਦੇ ਵਿੱਚ ਉਹ ਕਿਹਦੀ ਔਰਤ ਆ ਜਿਹਨੂੰ ਪਤਾ ਕਿ ਉਹਦਾ ਬੰਦਾ ਕਿੱਥੇ ਆ? ਸਾਰੀਆਂ ਨੂੰ? ਸਾਰੀਆਂ ਨੂੰ ਕਿੱਥੇ ਪਤਾ? ਹੁਣ ਤੁਹਾਨੂੰ ਪਤਾ ਕਿ ਮੈਂ ਕਿੱਥੇ ਆ? ਅੱਜ ਤਾਂ ਪਤਾ, ਕਿਉਂਕਿ ਅੱਜ ਤੁਸੀਂ ਫੈਮਲੀ ਨਾਲ ਆਏ, ਭੈਣ ਨਾਲ ਆਏ ਹੁਣੇ, ਅੰਮੀ ਨਾਲ ਆਏ ਹੁਣੇ, ਇਹ ਤੁਸੀਂ ਦੱਸ ਕੇ ਆਏ ਹੁਣੇ, ਜੇ ਕਿਸੇ ਹੋਰ ਨਾਲ ਜਾਓ ਦੱਸ ਕੇ ਜਾਓ। ਗੱਲ ਤਾਂ ਤੁਹਾਡੀ ਠੀਕ ਹੈ। ਸਵਾਲ ਦੁਬਾਰਾ ਪੁੱਛਣ? ਦੁਨੀਆਂ 'ਚ ਦੱਸੋ ਕਿਹਦੀ ਔਰਤ ਆ ਜਿਹਨੂੰ ਪਤਾ ਹੁੰਦਾ ਕਿ ਉਹਦਾ ਬੰਦਾ ਕਿੱਥੇ ਆ? ਐਸੀ ਕੋਈ ਔਰਤ ਨਹੀਂ ਜਿਹਨੂੰ ਕੋਈ, ਹਰ ਬੰਦਾ ਸੱਚ ਦੱਸ ਕੇ ਜਾਂਦਾ ਹੀ ਨਹੀਂ ਕਿਸੇ ਨੂੰ। ਮੰਨ ਕੇ ਨਾ ਬੰਦੇ ਝੂਠੇ ਹੁੰਦੇ? ਨਹੀਂ, ਬੰਦੇ ਨਹੀਂ। ਮੈਂ ਨਹੀਂ ਕਿਹਾ ਨਾਜ਼ਰੀਨ, ਆ ਫਾਈਨ ਕਹਿ ਰਹੇ ਨੇ ਬੰਦੇ ਝੂਠੇ ਹੁੰਦੇ, ਝੂਠ ਬੋਲ ਕੇ ਜਾਂਦੇ ਆ। ਅੱਛਾ ਜੀ, ਦੂਸਰਾ ਸਵਾਲ ਪੁੱਛੋ। ਜਿਸ ਕੋ ਮੈਂ ਹਾਰ ਗਿਆ? ਐਡੀ ਛੇਤੀ ਤੇ ਨਹੀਂ ਹਾਰ ਗਿਆ। ਜਵਾਬ ਨਹੀਂ ਆਉਂਦਾ ਤੇ ਹਾਰਨਾ ਤੇ ਪੈਣਾ ਨਾ। ਚਲੋ ਮੈਂ ਹਾਰ ਗਿਆ। ਚਲੋ ਇੱਕ ਹੋਰ ਸਵਾਲ, ਉਹ ਕਿਹਦੀ ਸ਼ੈ ਵਾ ਜਿਹੜੀ ਅਸੀਂ ਪਾਣੀ ਵਿੱਚ ਹੀ ਖਾ ਸਕਦੇ? ਗੋਤਾ? ਇਹ ਧੋਖਾ, ਗੋਤਾ ਨਹੀਂ। ਖਾ ਸਕਦੇ? ਇਹ ਧੋਖਾ ਹੀ ਹੈ, ਮੈਂ ਕਿਹਾ ਗੂਗਲ ਕਰ ਲਿਆ। ਚਲੋ ਵਧੀਆ ਹੋ ਗਿਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਕਰਨ ਆਏ ਤੁਸੀਂ ਮਾਲ 'ਚ? ਅਸੀਂ ਸੈਰ ਸਪਾਟਾ। ਇਕੱਲੇ ਆ ਗਏ? ਨਹੀਂ, ਬੱਚਿਆਂ ਨੂੰ ਨਾਲ ਲੈ ਕੇ ਆਏ। ਕਿੰਨੇ ਬੱਚੇ ਨੇ ਤੁਹਾਡੇ? ਬੱਚੇ, ਇੱਕ ਬੇਟਾ ਇੱਕ ਬੇਟੀ। ਅੱਛਾ, ਅਤੇ ਤੁਹਾਡੇ ਸ਼ੋਹਰ ਨਹੀਂ ਆਏ ਨਾਲ? ਨਹੀਂ, ਉਹ ਨਹੀਂ ਆਏ। ਕਿਉਂ? ਉਹ ਦੁਬਈ 'ਚ ਨੇ। ਦੁਬਈ ਨੇ? ਅੱਛਾ, ਤੁਹਾਨੂੰ ਪਤਾ ਨਾ ਕਿ ਤੁਹਾਡਾ ਬੰਦਾ ਇਸ ਟਾਈਮ ਕੀ ਕਰ ਰਿਹਾ ਦੁਬਈ 'ਚ? ਕਿੱਥੇ? ਹੁਣੀਆਂ ਮਾਰੇ ਹੁਣ, ਹੈ ਨਾ?
ਹਰ ਔਰਤ ਨੂੰ ਯਕੀਨ ਹੁੰਦਾ ਆਪਣੇ ਬੰਦੇ ਤੇ ਸ਼ੱਕ ਨਹੀਂ ਯਕੀਨ ਹੁੰਦਾ ਕਿ ਉਹ ਇਹੋ ਜਿਹੇ ਕੰਮ ਕਰ ਰਹੇ ਹਨ ਹਾਂਜੀ ਅੱਜ ਜਦੋਂ ਮੇਰੇ ਸਵਾਲ ਦਾ ਜਵਾਬ ਦਿਓ ਕਿ ਉਹ ਕਿਹੜੀ ਔਰਤ ਹੈ ਜਿਹਨੂੰ ਪਤਾ ਹੁੰਦਾ ਕਿ ਉਹਦਾ ਬੰਦਾ ਕਿੱਥੇ ਆ ਮੇਰਾ ਖਿਆਲ ਹੈ ਕਿਸੇ ਔਰਤ ਨੂੰ ਸਹੀ ਨਹੀਂ ਪਤਾ ਹੁੰਦਾ ਕਿ ਬੰਦਾ ਹੈਗੀ ਇੱਕ ਐਸੀ ਔਰਤ ਹੈਗੀ ਆ ਸ਼ਾਇਦ ਬੀਬੀ ਨੂੰ ਕਿਸ ਕਿਸਮ ਦੀ ਔਰਤ ਹੋਣੀ ਹੈ ਚਲੋ ਇਹਨਾਂ ਦੱਸੋ ਕਿ ਜਿਹਨੂੰ ਪਤਾ ਕਿ ਉਹਦਾ ਬੰਦਾ ਕਿੱਥੇ ਮਾਸੂਮ ਸਾਨੂੰ ਤਾਂ ਨਹੀਂ ਪਤਾ ਸਾਡਾ ਬੰਦਾ ਕਿੱਥੇ ਸਹੀ ਗੱਲ ਨਹੀਂ ਪਤਾ ਲੱਗਦਾ ਕਿ ਕਿੱਥੇ ਨਹੀਂ ਆਉਂਦਾ ਜਵਾਬ ਤੁਹਾਨੂੰ ਕੋ ਮੈਂ ਹਾਰ ਗਈ ਇੱਕ ਹੋਰ ਸਵਾਲ ਉਹ ਕਿਹੜੀ ਸ਼ੈ ਵਾ ਜਿਹੜੀ ਅਸੀਂ ਪਾਣੀ ਵਿੱਚ ਹੀ ਖਾ ਸਕਦੇ ਹਾਂ ਪਾਣੀ ਵਿੱਚ ਖਾ ਸਕਦੇ ਹਾਂ ਪਾਣੀ ਦੇ ਵਿੱਚ ਕੀ ਖਾ ਸਕਦੇ ਹਾਂ ਕੁਛ ਵੀ ਨਹੀਂ ਖਾ ਸਕਦੇ ਇਹ ਖਾ ਸਕਦੇ ਹਾਂ ਇੱਕ ਸ਼ੈ ਹੈਗੀ ਆ ਪਾਣੀ 'ਚ ਕੀ ਖਾ ਸਕਦੇ ਹਾਂ ਮੇਰਾ ਨਹੀਂ ਖਿਆਲ ਸੋਚੋ ਪਾਣੀ 'ਚ ਹਵਾ ਖਾ ਸਕਦੇ ਹਾਂ ਆਕਸੀਜਨ ਖਾ ਸਕਦੇ ਹਾਂ ਨਹੀਂ ਪਾਣੀ ਦੇ ਅੰਦਰ ਕਿੱਥੇ ਹਵਾ ਆਏਗੀ ਆਕਸੀਜਨ ਮਾਸਕ ਲਗਾ ਕੇ ਨਹੀਂ ਇਹ ਨਹੀਂ ਜਵਾਬ ਪਾਣੀ ਫਿਰ ਕੀ ਅੱਛਾ ਕਿੰਨੇ ਸਾਲ ਬਾਅਦ ਆਉਂਦੇ ਨੇ ਤੁਹਾਡੇ ਬੰਦੇ ਪਾਕਿਸਤਾਨ 'ਚ ਬੰਦੇ ਕਹਿੰਦੀ ਬੰਦਾ ਇੱਕ ਸਾਲ ਬਾਅਦ ਹਾਂਜੀ ਇੱਕ ਸਾਲ ਬਾਅਦ ਜਦੋਂ ਆਉਂਦੇ ਟਾਈਮ ਦਿੰਦੇ ਤੁਹਾਨੂੰ ਹਾਂਜੀ ਦੋਸਤਾਂ ਨਾਲ ਟਾਈਮ ਬਸ ਕਢਾ ਦਿੰਦੇ ਨੇ ਫੁੱਲ ਟਾਈਮ ਅੱਛਾ ਫਿਰ ਤੁਹਾਨੂੰ ਕੋਈ ਗਿਲਾ ਸ਼ਿਕਵਾਣੀ ਹੈ ਚਲੋ ਵਧੀਆ ਹੋ ਗਿਆ ਤੁਹਾਨੂੰ ਨਹੀਂ ਆਉਂਦਾ ਜਵਾਬ ਮੈਂ ਫਿਰ ਹਾਰ ਗਈ ਚਲੋ ਵਧੀਆ ਹੋ ਗਿਆ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਮੈਨੂੰ ਦੱਸੋ ਵੈਸੇ ਕੀ ਰਾਜ਼ ਆ ਤੁਸੀਂ ਐਡੇ ਸਮਾਰਟ ਹੋ ਕੀ ਰਾਜ਼ ਬਸ ਕੁੜੀਆਂ ਨਹੀਂ ਜੀਣ ਦਿੰਦੀਆਂ ਕੀ ਕਹਿੰਦੀਆਂ ਦੰਦੀਆਂ ਵੜ ਮਾਸ ਫੋਟੋ ਫੋਟੋ ਲੈ ਗਈਆਂ ਉਹਨੇ ਗੱਲ ਨਾ ਕਰੋ ਬਲੌਕ ਕਰ ਦਿੰਦੀਆਂ ਨੇ ਉਹਦੇ ਵਿੱਚ ਕੀ ਫਰਕ ਪੈਂਦਾ ਦੱਸੋ ਫਰਕ ਇਹ ਪੈਂਦਾ ਉਹਨੂੰ ਬਸ ਜੋ ਸੁਣ ਰਿਹਾ ਹੈਗਾ ਇੰਟਰਵਿਊ ਜਦੋਂ ਬਲੌਕ ਕਰਦੇ ਕਿ ਹਰ ਵਾਰੀ ਤੁਸੀਂ ਇਧਰੋਂ ਮਾਸ ਕੱਟ ਕੇ ਸਿੱਟ ਦਿੰਦੇ ਇੱਕ ਨੇ ਬਲੌਕ ਕੀਤਾ ਦੂਜੀ ਨੇ ਕੀਤਾ ਇੱਥੋਂ ਬੋਟੀ ਲਾ ਕੇ ਸਿੱਟ ਵੇਖਣ ਵਾਲਿਆਂ ਨੂੰ ਪਤਾ ਲੱਗ ਗਿਆ ਮੈਂ ਕੀ ਕਹਿਤਾ ਚਲੋ ਅੱਲਾ ਖਰੇ ਕਿ ਤੁਹਾਨੂੰ ਹੁਣ ਕੋਈ ਕੁੜੀ ਬਲੌਕ ਨਾ ਕਰੇ ਥੋੜ੍ਹੀ ਸਿਹਤ ਫੜ ਲਓ ਨਾ ਚਲੋ ਇੱਕ ਸਵਾਲ ਦਾ ਜਵਾਬ ਦਿਓ ਦੁਨੀਆ 'ਚ ਕਿਹੜੀ ਬੁੱਢੀ ਆ ਜਿਹਨੂੰ ਪਤਾ ਉਹਦਾ ਬੰਦਾ ਕਿੱਥੇ ਆ ਦੁਨੀਆ 'ਚ ਕਿਹੜੀ ਉਹ ਬੁੱਢੀ ਹੈ ਜਿਹਨੂੰ ਪਤਾ ਹੀ ਨਹੀਂ ਹੁੰਦਾ ਬੰਦਾ ਕਿੱਥੇ ਗਿਆ ਇਹਨੂੰ ਪਤਾ ਵਾ ਕਿ ਉਹਦਾ ਬੰਦਾ ਕਿੱਥੇ ਆ ਪਹਿਲੀ ਗੱਲ ਤਾਂ ਇਹ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ ਨਾ ਅੱਜ ਕੱਲ੍ਹ ਜਿੰਦਾ ਵੀ ਵਿਆਹ ਹੁੰਦਾ ਨਾ ਬੁੱਢੀਆਂ ਨੂੰ ਪਤਾ ਹੀ ਹੁੰਦਾ ਕਿ ਮੇਰਾ ਬੰਦਾ ਕਿੱਥੇ ਗਿਆ ਉਹਨੂੰ ਪਤਾ ਕਿ ਬਾਹਰ ਕਿਹੜੇ ਮੁੰਡੇ ਕੋਲ ਬੈਠਾ ਕਿਹੜੇ ਬੰਦੇ ਕੋਲ ਬੈਠਾ ਅਤੇ ਬੁੱਢੀਆਂ ਨੂੰ ਤਾਂ ਪਤਾ ਹੁੰਦਾ ਨਹੀਂ ਪਤਾ ਹੁੰਦਾ ਕਿੱਥੇ ਮੈਂ ਕਹਿੰਦੀ ਤੁਹਾਡੀ ਬੁੱਢੀ ਤੂੰ ਸਾਹਮਣੇ ਹੀ ਬੈਠੇ ਹੋਏ ਉਹਨੂੰ ਪਤਾ ਨਹੀਂ ਚੱਲਣਾ ਤੁਸੀਂ ਕਿੱਥੇ ਆ ਨਹੀਂ ਨਹੀਂ ਅੱਜ ਕੱਲ੍ਹ ਦੀਆਂ ਬੁੱਢੀਆਂ ਬੜੀਆਂ ਫਾਸਟ ਹੈਗੀਆਂ ਨੇ ਨਹੀਂ ਇਹ ਨਹੀਂ ਜਵਾਬ ਕੋ ਮੈਂ ਹਾਰ ਗਿਆ ਨਹੀਂ ਮੈਂ ਜਿੱਤ ਗਿਆ ਮੈਂ ਵੀ ਜਿੱਤ ਗਿਆ ਕੋ ਮੈਂ ਹਾਰ ਗਿਆ ਜਵਾਬ ਨਹੀਂ ਮੈਂ ਜਿੱਤ ਗਿਆ ਨਿਆਣਾ ਹਾਰ ਗਿਆ ਜੀ ਚਲੋ ਇੱਕ ਹੋਰ ਸਵਾਲ ਇਹਨਾਂ ਕੋ ਮੈਂ ਕਰਨਾ ਉਹ ਕਿਹਦੀ ਸ਼ੈ ਵਾ ਜਿਹੜੀ ਪਾਣੀ ਵਿੱਚ ਹੀ ਖਾ ਸਕਦੇ ਪਹਿਲੀ ਗੱਲ ਤਾਂ ਹੈ ਪਹਿਲੇ ਤਾਂ ਮੱਛੀ ਹੈਗੀ ਹੈ ਜਿਹੜੇ ਪਾਣੀ 'ਚ ਹੈਗੀ ਉਹਨੂੰ ਖਾ ਵੀ ਸਕਦੇ ਹਾਂ ਉਸ ਤੋਂ ਬਾਅਦ ਜੀਂਗਾ ਮੱਛੀ ਆ ਜਾਂਦੀ ਉਸ ਤੋਂ ਬਾਅਦ ਉਹ ਸੱਪ ਵੀ ਆ ਜਾਂਦਾ ਇੱਕ ਪਾਣੀ ਵਾਲਾ ਉਹ ਵੀ ਅਸੀਂ ਖਾ ਲੈਂਦੇ ਹੁੰਦੇ ਹਾਂ ਅਤੇ ਪਾਣੀ ਤੋਂ ਬਾਹਰ ਨਹੀਂ ਤੁਸੀਂ ਖਾਂਦੇ ਮੱਛੀ ਪਾਣੀ ਦੇ ਬਾਹਰ ਕਿਹੜੀ ਮੱਛੀ ਮਤਲਬ ਪਾਣੀ ਦੇ ਬਾਹਰ ਤਾਂ ਮੱਛੀ ਹੁੰਦੀ ਨਹੀਂ ਓਹੋ ਮੱਛੀ ਦੇ ਪਾਣੀ 'ਚ ਹੀ ਫੜਦੇ ਹਾਂ ਲੇਕਿਨ ਉਹ ਸ਼ੈ ਅਸੀਂ ਪਾਣੀ ਦੇ ਅੰਦਰ ਹੀ ਖਾਣੀ ਹੁੰਦੀ ਆ ਪਾਣੀ ਦੇ ਉਹ ਫਿਰ ਗੋਤਾ ਲਾ ਕੇ ਮੱਛੀ ਖਾ ਲਈਏ ਹੁਣ ਤੁਹਾਡੀ ਸ਼ਕਲ ਤਾਂ ਲੱਗਣ ਦੇ ਅਜੀਬ ਕਿਸਮ ਦੀ ਤੁਸੀਂ ਕੋਈ ਡੈਨ ਤਾਂ ਨਹੀਂ ਬੱਚੀਆਂ ਖਾਣ ਦੀ ਮੱਛੀਆਂ ਖਾਣ ਦੀ ਗੱਲ ਕਰ ਬਸ ਕੀ ਕਰੀਏ ਨਾ ਅੱਜ ਕੱਲ੍ਹ ਦਾ ਦਸਤੂਰ ਹੀ ਹੈ ਨਹੀਂ ਜਵਾਬ ਨਹੀਂ ਸਹੀ ਤੋ ਮੈਂ ਹਾਰ ਗਿਆ ਹਾਰ ਗਿਆ ਚਲੋ ਵਧੀਆ ਹੋ ਗਿਆ ਜੀ ਸਰ ਕੀ ਕਰਨਾ ਹੈ ਮੌਲ 'ਚ ਅਸੀਂ ਘੁੰਮਣ ਫਿਰਨ ਆਏ ਸੀ ਕਿਹਦੇ ਨਾਲ ਕਜ਼ਨ ਕੇ ਸਾਥ ਅੱਛਾ ਕਜ਼ਨ ਨਾਲ ਆਏ ਬਸ ਘੁੰਮ ਫਿਰ ਲਿਆ ਨਹੀਂ ਅਜੇ ਘੁੰਮ ਰਹੇ ਹਾਂ ਕਿੰਨੇ ਸਾਲ ਘੁੰਮਣਾ ਕਿੰਨੇ ਕੁ ਸਾਲ ਜਿੰਨੇ ਸਾਲ ਤੁਸੀਂ ਘੁੰਮੋਗੇ ਨਹੀਂ ਮੈਂ ਨਹੀਂ ਘੁੰਮਦੀ ਇੰਨਾ ਮੈਂ ਤਾਂ ਕੰਮ ਕਰਨ ਆਈ ਹਾਂ ਦੇਖ ਵੀਰੇ ਮਾਈਕ ਫੜ ਕੇ ਦੇਖ ਸਵਾਲ ਜਵਾਬ ਕਰ ਕੰਮ ਕਰਾਂ ਮਿਹਨਤੀ ਆ ਮੈਂ ਇਹ ਮਿਹਨਤੀ ਅਸੀਂ ਵੀ ਆ ਤੁਹਾਡੀਆਂ ਮਿਹਨਤਾਂ ਹੋਰ ਨੇ ਸਾਡੀਆਂ ਮਿਹਨਤਾਂ ਹੋਰ ਅੱਜ ਚਲੋ ਹਲੇ ਨਜ਼ਰ ਨਹੀਂ ਆਈ ਤੁਹਾਡੀ ਮਿਹਨਤ ਇੱਕ ਸਵਾਲ ਦਾ ਜਵਾਬ ਦਿਓ ਤੁਹਾਡਾ ਵਿਆਹ ਹੋਇਆ ਤੁਸੀਂ ਕਰਾਉਣਾ ਨਾ ਐਡੇ ਭੈੜੇ ਦਿਨ ਮੇਰੇ ਨਹੀਂ ਆਏ ਨਾ ਨਾ ਇਹ ਅਜ਼ਾਬ ਮੇਰੇ ਵਾਸਤੇ ਦੁਨੀਆ 'ਤੇ ਨਹੀਂ ਲਿਖਿਆ ਇਹ ਦੱਸੋ ਨਹੀਂ ਅਨਮੈਰਿਡ ਚਲੋ ਸਵਾਲ ਦਾ ਜਵਾਬ ਦਿਓ ਕਿ ਉਹ ਕਿਹਦੀ ਔਰਤ ਆ ਦੁਨੀਆ ਵਿੱਚ ਜਿਹਨੂੰ ਪਤਾ ਉਹਦਾ ਬੰਦਾ ਕਿੱਥੇ ਉਹ ਕਿਹੜੀ ਔਰਤ ਆ ਛਾਪੜ 'ਚ ਸੂਰਜ ਪਾਇਆ ਹੁੰਦਾ ਬੋਲੋ ਛਾਪੜ 'ਚ ਸੂਰਜ ਨਹੀਂ ਹੁੰਦਾ ਛਾਪੜ ਮੈਂ ਨਾ ਨਾ ਮੇਰੀ ਜੁਗਾ ਚੇਂਜ ਹੀ ਹੁੰਦਾ ਨਹੀਂ ਤੁਹਾਡੇ 'ਚ ਨਹੀਂ ਆਉਂਦਾ ਚਲੋ ਦੱਸੋ ਨਹੀਂ ਆਉਂਦਾ ਦੇਖੋ ਮੈਂ ਹਾਰ ਗਿਆ ਮੈਂ ਹਾਰ ਗਿਆ ਇੱਕ ਹੋਰ ਸਵਾਲ ਉਹ ਕਿਹਦੀ ਸ਼ੈ ਵਾ ਜਿਹੜੀ ਅਸੀਂ ਪਾਣੀ ਵਿੱਚ ਖਾ ਸਕਦੇ ਪਾਣੀ ਵਿੱਚ ਖਾ ਸਕਦੇ ਹਾਂ ਪਾਣੀ ਪੀ ਸਕਦੇ
ਨਹੀਂ ਨਹੀਂ ਖਾਂਦੇ ਹਾਂ ਅਸੀਂ ਉਹ ਸ਼ਾਇਦ ਅਸੀਂ ਨਹੀਂ ਪਾਣੀ ਦੇ ਵਿੱਚ ਹੀ ਖਾ ਸਕਦੇ ਪਾਣੀ ਦੇ ਵਿੱਚ ਬੈਠ ਕੇ ਖਾਣਾ ਕਿ ਪਾਣੀ ਦੇ ਵਿੱਚ ਜਾ ਕੇ ਖਾਣਾ ਪਾਣੀ ਦੇ ਵਿੱਚ ਜਾ ਕੇ ਖਾਣਾ ਹੈ ਪਾਣੀ ਦੇ ਵਿੱਚ ਜਾ ਕੇ ਖਾਣੀ ਹੈ ਗੋਤਾ ਚਲੋ ਕੋਈ ਨਹੀਂ ਇਹ ਤਾਂ ਮੈਂ ਬਾਅਦ 'ਚ ਦੱਸਾਂਗੀ ਸਹੀ ਜਾਂ ਨਹੀਂ ਜਵਾਬ ਚਲੋ ਵਧੀਆ ਹੋ ਗਿਆ ਜੀ ਨਾਜ਼ਰੀਨ ਇੱਕਦਮ ਮੈਂ ਆ ਰਹੀ ਸੀ ਇੱਥੋਂ ਨਜ਼ਰ ਪਈ ਅਕਸਰ ਮੇਰੇ ਪ੍ਰੋਗਰਾਮ 'ਚ ਤੁਸੀਂ ਪਹਿਲੇ ਵੇਖਿਆ ਹੋਣਾ ਤੁਸੀਂ ਭੁੱਲ ਗਏ ਹੋਣੇ ਜਾਂ ਕੁਛ ਲੋਕਾਂ ਨੂੰ ਯਾਦ ਹੋਣਾ ਤਾਂ ਮੈਂ ਤੁਹਾਨੂੰ ਅੱਜ ਸ਼ਕਲ ਵਿਖਾ ਹੀ ਦੇਵਾਂ ਕਿ ਕਿਹਦੀ ਸ਼ਕਲ ਮੈਂ ਵੇਖੀ ਆ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਉੱਚੀ ਬੋਲੋ ਕੀ ਆ ਜ਼ਬਾਨ ਨੂੰ ਗੰਢ ਵੱਜੀ ਆ ਵਾਲੇਕੁਮ ਅਸਲਾਮ ਹਰਮਨ ਕਾ ਮਾਸ਼ਾਅੱਲਾ ਬੜੇ ਖੂਬਸੂਰਤ ਹੁੰਦੇ ਜਾ ਰਹੀ ਹਾਂ ਬਹੁਤ ਝੂਠ ਬੋਲਦੀ ਪਈ ਆ ਜਿੰਨੇ ਮਰਜ਼ੀ ਝੂਠ ਬੋਲ ਲਏ ਅੱਜ ਨਹੀਂ ਬਚਦੀ ਅੱਛਾ ਕੀ ਕਰਨਾ ਤੁਸੀਂ ਮਾਲ 'ਚ ਕੀ ਕਰਨ ਆਏ ਮੈਂ ਡੈਫੀਨੇਟਲੀ ਮੈਕਡੋਨਲਡਸ ਆਈ ਸੀ ਮੈਂ ਤੋ ਕੀ ਕਰਨ ਮੈਂ ਗਜ਼ਲੇ ਸੁਣਾਉਣੇ ਆਈ ਸੀ ਆਮ ਸਮਝਿਆ ਪਤਾ ਨਹੀਂ ਉਹਨਾਂ ਦੇ ਭਾਂਡੇ ਚੁੱਕਣ ਆਏ ਸੀ ਨਹੀਂ ਨਹੀਂ ਗਜ਼ਲੇ ਸੁਣਾਉਣੇ ਕੀ ਮਹਿੰਦੀ ਹਸਨ ਦਿੱਤੀ ਹੋ ਤੁਸੀਂ ਨਹੀਂ ਕਾਹਦੀਆਂ ਗਜ਼ਲਾਂ ਚੜੀਆਂ ਸੀ ਸੁਣਾਉਣ ਆ ਗਏ ਮੈਕਡੋਨਲਡਸ 'ਤੇ ਆਈ ਤੋ ਜ਼ਾਹਰੀ ਬਾਤ ਹੈ ਕੁਛ ਖਾਣੇ ਹੀ ਆਉਂਗੇ ਨਾ ਤੋ ਕੀ ਖਾਧਾ ਮਗਰਮੱਛ ਖਾਧਾ ਸੱਪ ਖਾਧਾ ਕੀ ਖਾਧਾ ਫਿਲਹਾਲ ਕੁਛ ਵੀ ਨਹੀਂ ਖਾਇਆ ਅਭੀ ਚਲੋ ਇੱਕ ਸਵਾਲ ਦਾ ਜਵਾਬ ਦਿਓ ਕਿ ਦੁਨੀਆ 'ਚ ਉਹ ਕਿਹਦੀ ਔਰਤ ਆ ਜਿਹਨੂੰ ਪਤਾ ਉਹਦਾ ਬੰਦਾ ਕਿੱਥੇ ਸੋਰੀ ਕਿਆ ਦੁਨੀਆ ਦੇ ਵਿੱਚ ਉਹ ਕਿਹਦੀ ਔਰਤ ਆ ਜਿਹਨੂੰ ਪਤਾ ਵਾ ਕਿ ਉਹਦਾ ਬੰਦਾ ਕਿੱਥੇ ਦੁਨੀਆ ਮੈਂ ਉਹ ਕੌਨ ਸੀ ਔਰਤ ਹੈ ਜਿਸੇ ਪਤਾ ਕਿ ਉਸਕਾ ਹਸਬੈਂਡ ਕਿੱਧਰ ਹਾਂਜੀ ਸਾਥ ਵਾਲੀ ਕੀ ਮਤਲਬ ਆਪਣੀ ਜੋ ਯਾਨੀ ਹਮ ਆਪਣੇ ਹਸਬੈਂਡ ਪਰ ਨਜ਼ਰ ਨਹੀਂ ਰੱਖ ਸਕਦੇ ਹੈ ਜੋ ਹਮਾਰੇ ਹੋਗੇ ਨਾ ਹਮਸਾਏ ਉਨਕੋ ਪਤਾ ਹੁੰਦਾ ਹਮਾਰਾ ਹਸਬੈਂਡ ਕਿੱਧਰ ਜਾ ਰਿਹਾ ਕਿੱਧਰ ਨਹੀਂ ਉਹ ਹੋ ਸਕਦਾ ਤੁਸੀਂ ਕਹਿੰਦੇ ਕਹਿ ਸਕਦੇ ਕਿਉਂਕਿ ਜੋ ਹਮਸਾਏ ਉਹ 'ਤੇ ਉਹ ਜ਼ਿਆਦਾ ਨਜ਼ਰ ਰੱਖਦੇ ਹੈ ਕਦੀ ਕੁੱਕੜੀ ਵੇਖੀ ਛਿਆ ਹੀ ਆ ਨਹੀਂ ਮੈਂ ਨਹੀਂ ਦੇਖੀ ਚਲੋ ਕਦੀ ਪੰਜੇ ਵੇਖੇ ਉਂਝ ਦੇ ਹੱਥ ਆ ਤੁਹਾਡੇ ਅੱਛਾ ਥੈਂਕ ਯੂ ਦੱਸੋ ਕਿਆ ਸਾਹਿਬ ਨਾਲ ਦੀ ਨਹੀਂ ਇਹ ਨਹੀਂ ਜਵਾਬ ਸਹੀ ਨਹੀਂ ਮੈਨੂੰ ਨਹੀਂ ਪਤਾ ਇਸਦਾ ਜਵਾਬ ਉਹ ਮੈਂ ਹਾਰ ਗਈ ਨਹੀਂ ਮੈਂ ਨਹੀਂ ਹਾਰੀ ਮੈਂ ਐਵੇਂ ਨਹੀਂ ਹਾਰੀ ਆਪ ਸਵਾਲ ਬਦਲਨੇ ਪਹਿਲਾਂ ਕੋ ਮੈਂ ਹਾਰ ਗਈ ਹਾਂ ਮੈਂ ਨਹੀਂ ਹਾਰੀ ਮੈਨੇ ਆਪਕੋ ਜਵਾਬ ਦੇ ਦਿਆ ਜੋ ਮੇਰੇ ਪਾਸ ਜੇ ਤੁਹਾਨੂੰ ਸਵਾਲ ਹੀ ਨਾ ਆਉਣਾ ਮੈਂ ਫਿਰ 5 ਜੁਗਤਾਂ ਮਾਰਨੀਆਂ ਨਹੀਂ ਹਾਰ ਗਈ ਮੈਂ ਹਾਰ ਗਈ ਨਾ ਚਲੋ ਇੱਕ ਹੋਰ ਸਵਾਲ ਉਹ ਕਿਹਦੀ ਸ਼ੈ ਵਾ ਜਿਹੜੀ ਅਸੀਂ ਪਾਣੀ ਦੇ ਵਿੱਚ ਹੀ ਖਾ ਸਕਦੇ ਹਾਂ ਖਾ ਸਕਦੇ ਹਾਂ ਕੈਲਸ਼ੀਅਮ ਕੀ ਟੈਬਲੇਟ ਉਹ ਕੀ ਪਾਣੀ ਵਿੱਚ ਡੁੱਬ ਕੇ ਖਾਣੀ ਪੈਂਦੀ ਹੈ ਨਹੀਂ ਪਾਣੀ ਮੈਂ ਜਾ ਕੇ ਹਾਂਜੀ ਮੈਂ ਹੀ ਕਹਿ ਰਹੀ ਹਾਂ ਪਾਣੀ ਮੈਂ ਜਾ ਕੇ ਮੱਛਲੀ ਨਹੀਂ ਮੱਛਲੀ ਨਹੀਂ ਆ ਉਹ ਗਰਮੀਆਂ ਮੈਂ ਖਰਬੂਜ਼ਾ ਖਾਂਦੇ ਹੈ ਉਹ ਨਹਿਰ 'ਚ ਡੁਬਕੀ ਲਾ ਕੇ ਖਾਂਦੇ ਨਹੀਂ ਪਾਉਂਦੀ ਦਾ ਖਰਬੂਜ਼ਾ ਵਾ ਕੌਣ ਸਾ ਵਾ ਖਰਬੂਜ਼ੇ ਦੇ ਜਿਹੜਾ ਬੀ ਦੇਖਿਆ ਤੁਸੀਂ ਕਦੀ ਖਰਬੂਜ਼ੇ ਦੇ ਵਿੱਚ ਉਹਦੇ ਵਰਗਾ ਤੁਹਾਡਾ ਮੂੰਹ ਨਹੀਂ ਮੈਨੇ ਨਹੀਂ ਦੇਖਿਆ ਨਹੀਂ ਹਾਰ ਗਈ ਮੈਂ ਹਾਰ ਗਏ ਚਲੋ ਵਧੀਆ ਕੀ ਕਰਨਾ ਹੈ ਤੁਸੀਂ ਮਾਲ 'ਚ ਖਾਣੇ ਪੀਣੇ ਕੀ ਖਾਧਾ ਅਤੇ ਕੀ ਪੀਤਾ ਬਰਗਰ ਖਾਇਆ ਸਾਥ ਬੋਤਲ ਪੀ ਹੈ ਇਕੱਲੇ ਆਏ ਤੁਸੀਂ ਨਹੀਂ ਦੋਸਤ ਹੈ ਸਾਥ ਮੈਂ ਉਰਦੂ ਪੰਜਾਬੀ ਆਉਂਦੀ ਹੈ ਉਹ ਆਉਂਦੀ ਹੈ ਆਈਓ ਪੰਜਾਬੀ ਤਾਂ ਫਿਰ ਅੱਛਾ ਫਿਰ ਪੰਜਾਬੀ ਤਾਂ ਆ ਜਾਂਦੇ ਹੋਰ ਦੱਸੋ ਅੱਛਾ ਮੈਨੂੰ ਦੱਸੋ ਕਿ ਹੋਰ ਤੁਸੀਂ ਕੀ ਕੀਤਾ ਮਾਲ 'ਚ ਆ ਕੇ ਅਭੀ ਤੋਂ ਆਇਆ ਖਾਣਾ ਖਾਇਆ ਔਰ ਹੁਣ ਚਲੇ ਜਾ ਰਹੇ ਘਰ ਚਲੇ ਸੀ ਬਸ ਤੁਸੀਂ ਖਾਣ ਪੀਣ ਦੀ ਨੀਅਤ ਨਾ ਆਏ ਖਾਣ ਪੀਣ ਦੀ ਨੀਅਤ ਨਾ ਆਏ ਸੀ ਬਸ ਏਡੇ ਚੰਗੇ ਤੁਹਾਡੀ ਨੀਅਤ ਏਡੀ ਸਾਫ ਕੀ ਕਰੀਏ ਬਸ ਦੋਰੀ ਹੋ ਜਾਏਗਾ ਕੋਈ ਯਕੀਨ ਨਹੀਂ ਕਰਦਾ ਕੀ ਕਰੀਏ ਇਹ ਤਾਂ ਹੈ ਚਲੋ ਇੱਕ ਸਵਾਲ ਦਾ ਜਵਾਬ ਦਿਓ ਦੁਨੀਆ ਦੇ ਵਿੱਚ ਉਹ ਕਿਹਦੀ ਔਰਤ ਆ ਜਿਹਨੂੰ ਪਤਾ ਹੁੰਦਾ ਉਹਦਾ ਬੰਦਾ ਕਿੱਥੇ ਆ ਸਾਰਿਆਂ ਨੂੰ ਪਤਾ ਹੁੰਦਾ ਕਿੱਥੇ ਹੁੰਦਾ ਲੈ ਸਾਰਿਆਂ ਨੂੰ ਕਿੱਥੇ ਪਤਾ ਐਡੀ ਕਿਸਮਤ ਸਾਰਿਆਂ ਦੀ ਚੰਗੀ ਹੋਵੇ ਨਾ ਤੇ ਰੋਲਾ ਫਿਰ ਕਿਸੇ ਸ਼ਾਇਦ ਆ ਨਹੀਂ ਗੈਸ ਸ਼ਾਦੀ ਸ਼ੁਦਾ ਨੂੰ ਪਤਾ ਹੁੰਦਾ ਕਿ ਕਿੱਥੇ ਹੈਗਾ ਮੇਰਾ ਬੰਦਾ ਇਸ ਟਾਈਮ ਸ਼ਾਦੀ ਹੋਏਗੀ ਤੇਰਾ ਬੰਦਾ ਹੋਏਗਾ ਨਾ ਤੇ ਫਿਰ ਮਸ਼ੂਕ ਨੂੰ ਤਾਂ ਪਤਾ ਨਹੀਂ ਹੋਏਗਾ ਕਿੱਥੇ ਹੈਗਾ ਉਹੀ ਤਾਂ ਮੈਂ ਕਹਿ ਰਹੀ ਕਿ ਕਿਹਦੀ ਔਰਤ ਹੁੰਦੀ ਆ ਸ਼ਾਦੀ ਸ਼ੁਦਾ ਹੈਗੀ ਇਹ ਮੇਰਾ ਜਿੰਨਾ ਆਉਂਦਾ ਇਸ ਕੋ ਮੈਨੂੰ ਜਵਾਬ ਨਹੀਂ ਆਉਂਦਾ ਮੈਂ ਹਾਰ ਗਿਆ ਹਾਰ ਗਿਆ ਚਲੋ ਮੈਨੂੰ ਦੱਸੋ ਕਿ ਉਹ ਕਿਹਦੀ ਸ਼ੈ ਵਾ ਜਿਹੜੀ ਪਾਣੀ ਵਿੱਚ ਜਾ ਕੇ ਸਿਖਾ ਸਕਦੇ ਹਾਂ ਪਾਣੀ ਸਵੀਮਿੰਗ ਹੈ ਸਵੀਮਿੰਗ ਖਾਂਦੇ ਹਾਂ ਅਸੀਂ ਤਾਂ ਨਹੀਂ ਖਾਂਦੇ ਤੁਸੀਂ ਕੀ ਖਾ ਸਕਦੇ ਹੋ ਪਾਣੀ ਪੀ ਸਕਦੇ ਹੋ ਖਾ ਵੀ ਸਕਦੇ ਹੋ ਨਹੀਂ ਪਾਣੀ ਅਸੀਂ ਖਾ ਨਹੀਂ ਸਕਦੇ ਪੀ ਸਕਦੇ ਮੈਨੂੰ ਦੱਸੋ ਸ਼ੈ ਕੀ ਜਿਹੜੀ ਅਸੀਂ ਖਾ ਸਕਦੇ ਹਾਂ ਪਾਣੀ ਦੇ ਵਿੱਚ ਖਾ ਸਕਦੇ ਹੋ ਹਾਂਜੀ ਪਾਣੀ 'ਚ ਖਾ ਮੱਛੀ ਬਾਹਰ ਤੁਹਾਡੇ ਅੱਗੇ ਗਲੇ ਦੇ ਨੀਚੇ ਨਹੀਂ ਉਤਰਦੀ ਮੱਛੀ ਪਾਣੀ 'ਚ ਬਹੁਤ ਮਜ਼ਾ ਆਉਂਦਾ ਖਾਣ ਪੀਣ ਦਾ ਨਹੀਂ ਪਾਣੀ 'ਚ ਮੱਛੀ ਨਹੀਂ ਖਾ ਸਕਦੇ
ਇਹ ਨਹੀਂ ਹੈ ਜਵਾਬ ਤੁਸੀਂ ਬਾਹਰ ਵੀ ਬਹਿ ਕੇ ਖਾ ਸਕਦੇ ਬਾਹਰ ਬਹਿ ਕੇ ਫਿਰ ਕੀ ਹੋ ਸਕਦਾ ਹੈ ਇਹੀ ਸੋਚੋ ਸੋਚਣਾ ਕੀ ਹੈ ਹੈਗਾ ਵਾ ਦਿਮਾਗ ਨਹੀਂ ਦਿਮਾਗ ਤਾਂ ਨਹੀਂ ਨਾ ਹੈਗਾ ਇਹ ਤਾਂ ਮਸਲਾ ਹੈ ਪਹਿਲੇ ਦੱਸ ਦਿੰਦੇ ਮੈਨੂੰ ਕਿਉਂ ਖੱਪਣ ਨਹੀਂ ਆ ਮੈਂ ਹਾਰ ਗਿਆ ਫਿਰ ਹਾਰ ਗਿਆ ਫਿਰ ਹਾਰ ਚਲੋ ਵਧੀਆ ਹੋ ਗਿਆ ਜੀ ਨਾਜ਼ਰੀਨ ਅੱਜ ਮੈਂ ਅਮਾਨਾ ਮੌਲ ਆਈ ਸੀ ਮੈਂ ਲੋਕਾਂ ਨਾਲ ਸਵਾਲ ਕੀਤੇ ਸਵਾਲ ਕੀ ਸੀ ਅਤੇ ਜਵਾਬ ਕੀ ਸੀ ਤੁਹਾਨੂੰ ਦੱਸ ਕੇ ਜਾਵਾਂਗੀ ਕਿ ਔਖੀ ਜਿਹੀ ਔਰਤ ਹੈ ਕਿ ਜਿਹਨੂੰ ਪਤਾ ਹੁੰਦਾ ਰੱਬ ਬੰਦਾ ਕਿੱਥੇ ਆ ਸਾਰੀਆਂ ਔਰਤਾਂ ਨੂੰ ਨਹੀਂ ਪਤਾ ਹੁੰਦਾ ਉਹ ਬਸ ਇੱਕੋ ਹੀ ਔਰਤ ਹੁੰਦੀ ਜਿਹੜੀ ਬੇਵਾ ਜਿਹੜੀ ਔਰਤ ਹੋਵੇ ਨਾ ਉਹਨੂੰ ਪਤਾ ਹੁੰਦਾ ਕਿ ਉਹ ਰੱਬ ਬੰਦਾ ਕਬਰ ਦੇ ਵਿੱਚ ਆ ਅਤੇ ਨਾਜ਼ਰੀਨ ਦੂਸਰਾ ਮੇਰਾ ਇਹ ਸਵਾਲ ਸੀ ਕਿ ਕਿਹੜੀ ਸ਼ੈ ਵਾ ਜਿਹੜਾ ਪਾਣੀ ਵਿੱਚ ਜਾ ਕੇ ਅਸੀਂ ਖਾ ਸਕਦੇ ਹਾਂ ਉਹ ਆ ਗੋਤਾ ਜਦੋਂ ਅਸੀਂ ਪਾਣੀ ਵਿੱਚ ਜਾਂਦੇ ਤਾਂ ਅਸੀਂ ਗੋਤਾ ਹੀ ਖਾਂਦੇ ਹਾਂ ਨਾਜ਼ਰੀਨ ਮੇਰਾ ਚੈਨਲ ਹੈ ਜੀ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਵਧੀਆ ਵਧੀਆ ਕਮੈਂਟਸ ਕਰੋ ਅਤੇ ਨਾਲ ਹੀ ਆਪਣੀਆਂ ਬੀਰਾਂ ਨੂੰ ਇਜਾਜ਼ਤ ਦਿਓ ਜਲਦ ਮੁਲਾਕਾਤ ਹੋਏਗੀ ਨਵੀਂ ਜਗ੍ਹਾ 'ਤੇ ਨਵੇਂ ਲੋਕਾਂ ਨਾਲ ਨਵੇਂ ਸਵਾਲਾਂ ਨਾਲ ਅੱਲਾ ਹਾਫਿਜ਼